ਤੇ ਤਾਇਆ ਜੀ ਪ੍ਰੀਤਮ ਸਿੰਘ ਜੋ ਕਿ ਕਈ ਸਾਲਾਂ ਤੋਂ ਉਹਨਾਂ ਨੂੰ ਬਾਬਾ ਸਿਰ ਦੀ ਸ਼ਿਕਾਇਤ ਜੀ ਉਹ ਗਰੀਬੀ ਕਾਰਨ ਆਪਰੇਸ਼ਨ ਨਹੀਂ ਕਰਾ ਸਕੇ ਅਤੇ ਜੀ ਰਾਮ ਹੋਸਪਿਟਲ ਵੱਲੋਂ ਜੀ ਕੈਂਪ ਲਗਾਇਆ ਗਿਆ ਸੀ ਜੀ ਜਿਹਦੇ ਵਿੱਚ ਮੇਰੇ ਤਾਏ ਜੀ ਦਾ ਆਪਰੇਸ਼ਨ ਹੋਇਆ ਜੀ ਅਸੀਂ ਅੰਬਰਗੜ੍ਹ ਤੋਂ ਆਏ ਜੀ ਇਸ ਹਸਪਤਾਲ ਵਿੱਚ ਸਾਡੀ ਪੂਰੀ ਦੇਖਭਾਲ ਕਰੀ ਗਈ ਹੈ ਜੀ ਜਲਦੀ ਤੋਂ ਜਲਦੀ ਆਪਰੇਸ਼ਨ ਹੋਇਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਜੋ ਵੀ ਸਾਡਾ ਖਰਚਾ ਹੋਇਆ ਜੀ ਉਹ ਫ੍ਰੀ ਹੋਇਆ ਜੀ ਅਸੀਂ ਰਾਮ ਹੋਸਪਿਟਲ ਦਾ ਬਹੁਤ ਧੰਨਵਾਦ ਮੇਰਾ ਨਾਮ ਜਗਦੀਸ਼ ਕੌਰ ਹੈ ਮੈਨੂੰ ਪਤੇ ਰਹਿਣ ਵਾਲੀ ਹਾਂ ਮੇਰਾ ਰਾਣਾ ਹੋਸਪਿਟਲ 'ਚ ਆਪਰੇਸ਼ਨ ਠੀਕ ਠਾਕ ਹੋ ਗਿਆ ਕੈਂਪ ਵਿੱਚ ਹੋਇਆ ਜੀ ਬਿਲਕੁਲ ਫ੍ਰੀ ਹੋਇਆ ਜੀ ਵਧੀਆ ਹੋਇਆ ਜੀ ਮੇਰਾ ਇੱਥੇ ਬਹੁਤ ਧਿਆਨ ਰੱਖਿਆ ਗਿਆ ਮੈਂ ਬਿਲਕੁਲ ਠੀਕ ਠਾਕ ਹਾਂ ਮੈਂ ਆਪਣੇ ਘਰ ਜਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਮੈਂ ਨਲੀਨੀ ਪਿੰਡ ਦਾ ਅਤੇ ਮੈਂ ਕੈਂਪ ਦਾ ਬਹੁਤ ਧੰਨਵਾਦ ਕਰਦਾ ਰਾਣਾ ਹਸਪਤਾਲ ਵਿੱਚ ਮੇਰਾ ਫ੍ਰੀ ਇਲਾਜ ਕੀਤਾ ਗਿਆ ਥੋੜ੍ਹੇ ਚਿਰ ਤੋਂ ਮੈਨੂੰ ਬਾਬਾ ਸਿਰ ਦੀ ਬਿਮਾਰੀ ਸੀ ਬਹੁਤ ਵਧੀਆ ਮੇਰਾ ਇਲਾਜ ਕੀਤਾ ਗਿਆ ਮੈਂ ਹਰਪ੍ਰੀਤ ਸਿੰਘ ਪਿੰਡ ਸਾਨੀਪੁਰ ਤੋਂ ਆਇਆ ਜੀ ਸਾਨੂੰ ਕੈਂਪ ਬਾਰੇ ਪਤਾ ਲੱਗਾ ਸੀ ਕੁਝ ਦਿਨ ਪਹਿਲਾਂ ਐਤਵਾਰ ਨੂੰ ਕੈਂਪ ਲੱਗਿਆ ਤਾਂ ਜੀ ਉਹਦੇ ਬਾਅਦ ਅਸੀਂ ਕੈਂਪ 'ਚ ਆਏ ਅਤੇ ਸਾਨੂੰ ਟਾਈਮ ਦਿੱਤਾ ਗਿਆ ਬਹੁਤ ਵਧੀਆ ਟਾਈਮ ਮਿਲ ਗਿਆ ਸਾਨੂੰ ਸਾਡੇ ਘਰ ਵਾਲੀ ਨੂੰ ਮੇਰੀ ਨੂੰ ਮਨਜੀਤ ਕੌਰ ਨੂੰ ਜੀ 5-6 ਸਾਲ ਤੋਂ ਹੀ ਬਿਮਾਰੀ ਹੈਗੀ ਸੀ ਉਹਦੇ ਬਾਅਦ ਇਹ ਹੁਣ ਇਹਨਾਂ ਨੇ ਸਾਡਾ ਆਪਰੇਸ਼ਨ ਕਰਤਾ ਜੀ ਬਹੁਤ ਵਧੀਆ ਆਪਰੇਸ਼ਨ ਰਿਹਾ ਜੀ ਸਾਨੂੰ ਟਾਈਮ ਨਾਲ ਛੁੱਟੀ ਮਿਲ ਗਈ ਕੋਈ ਦਿੱਕਤ ਨਹੀਂ ਆਈ ਸਾਨੂੰ ਕੋਈ ਸਾਤੋਂ ਪੈਸਾ ਨਹੀਂ ਲਿੱਤਾ ਹੈਗਾ ਸਾਡੀ ਸੇਵਾ ਬਾਣੀ ਵਧੀਆ ਕਰਿਆ ਮੇਰਾ ਨਾਮ ਹਰਵਿੰਦਰ ਕੁਮਾਰ ਹੈ ਮੈਂ ਪਿੰਡ ਜੱਲੇ ਤੋਂ ਆਇਆ ਹਾਂ ਅਤੇ ਮੈਨੂੰ 2-3 ਸਾਲਾਂ ਤੋਂ ਬਾਬਾ ਫਿਰ ਦੀ ਦਿੱਕਤ ਸੀ ਕੈਂਪ ਵਿੱਚ ਚੈੱਕਅਪ ਕਰਵਾਇਆ ਉਹਨਾਂ ਨੇ ਮੈਨੂੰ ਰਾਣਾ ਹਸਪਤਾਲ ਰੈਫਰ ਕੀਤਾ ਅਤੇ ਇੱਥੇ ਮੇਰਾ ਟ੍ਰੀਟਮੈਂਟ ਹੋਇਆ ਆਪਰੇਸ਼ਨ ਹੋਇਆ ਅੱਜ ਅਤੇ ਮੈਂ ਆਪਰੇਸ਼ਨ ਕਰਵਾਉਣ ਤੋਂ ਬਾਅਦ ਠੀਕ ਹਾਂ ਅਤੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇੱਥੇ ਮੇਰਾ ਆਪਰੇਸ਼ਨ ਫਿਰ ਬਿਲਕੁਲ ਫ੍ਰੀ ਹੋਇਆ ਅਤੇ ਮੈਨੂੰ ਕੋਈ ਵੀ ਚਾਰਜ ਨਹੀਂ ਲਿਆ ਗਿਆ ਰਾਣਾ ਹਸਪਤਾਲ ਦਾ ਧੰਨਵਾਦ ਕਰਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜੀਤ ਸਿੰਘ ਆ ਪਿੰਡ ਮਾਨੂਪੁਰ ਮੈਨੂੰ ਬਾਬਾ ਸਿਰ ਤੋਂ 4-5 ਮਹੀਨੇ ਤੋਂ ਸ਼ਿਕਾਇਤ ਸੀਗੀ ਜੀ ਅਤੇ ਮੈਨੂੰ ਰਾਣਾ ਹਸਪਤਾਲ 'ਚ ਭੇਜਤਾ ਉਹਨਾਂ ਨੇ ਮੇਰਾ ਰਾਣਾ ਹਸਪਤਾਲ ਵਿੱਚ ਉਹਨਾਂ ਨੇ ਆਪਰੇਸ਼ਨ ਕਰਿਆ ਫ੍ਰੀ ਕਰਿਆ ਬਹੁਤ ਵਧੀਆ ਉਹਨਾਂ ਨੇ ਮੇਰਾ ਗਾਈਡਸ ਕਰੀ ਆ ਬਹੁਤ ਵਧੀਆ ਡਾਕਟਰ ਨੇ ਬਹੁਤ ਅੱਛੇ ਡਾਕਟਰ ਨੇ ਅਸੀਂ ਵੀ ਲੋਕ ਡਾਕਟਰ ਸਾਹਿਬ ਵੀ ਅਸੀਂ ਸਾਡਾ ਪਿੰਡ ਮਾਨੂਪੁਰ ਬਹੁਤ ਵਧੀਆ ਉਹਨਾਂ ਨੇ ਸਾਨੂੰ ਗਾਈਡਸ